चार पांच दिन हो गए चार पांच दिन तो यही गल सुन गए अज हो जाना जी अज हो गए अज हो जाए हार के अज किन्ने बार असि मुअत्तल कर लिया घर ने हुण भी कहा सी एसडीएम साहब नूं मैं क्या जी इतने अके हो गया भेज दो किसी नूं चक्किया नी ओह भी नहीं चक्किया विक्रम जी जिन्हां दी पहला एग्रीमेंट हो चुके है ओल्ड शैलर ने जिन्हां दा चल रहा है ओही नहीं पूरी पा रहे नवे ने तो हजे चालू करने गल चल रही है थोड़ी आर ओ की गल चलती है आर ओ नूं 15 दिन हो गए गल चलती नूं डिप्टी साहब अपनी गल हुई सी भी आर ओ मंगवा रहे हैं जी आर अज भी कह रहे हैं एसडीएम साहब आर ओ आ रहे हैं जी ਕਦੋਂ ਕਿੱਥੇ ਰਹਿ ਗਏ ਜੀ ਯਾਰ ਉਹ ਕੀ ਕਰ ਦੇਣ 25 ਦਿਨ ਦਾ ਹੋ ਗਿਆ ਯਾਰ ਇਹਨਾਂ ਨੂੰ ਇੱਥੇ ਚੱਕ ਕੇ ਨਹਿਰ 'ਚ ਸੁੱਟ ਦਿੰਦੇ ਬਾਰੇ ਹੈਗੀ ਆ ਜਿਹੜਾ ਕੱਟ ਲਵਾਉਂਦਾ ਉਹਦੀ ਸਲਾਈ ਹੁੰਦੀ ਆ ਇਹ ਕਲੀਅਰ ਆ ਇਹ ਹੁਣ ਮਤਲਬ ਡਰਦਾ ਵਿਚਾਰੇ ਨਹੀਂ ਬੋਲਦੇ ਫਸੇ ਹੋਏ ਆ ਕਿਸੇ ਨੇ ਪੈਸੇ ਲਿੱਤੇ ਹੋਏ ਆ ਕਿਸੇ ਨੇ ਕੁਛ ਆ ਇਹ ਕਲੀਅਰ ਆ ਜਿਹੜਾ ਕੱਟ ਲਵਾਉਂਦਾ ਉਹਦੀ ਤਲਾਈ ਹੁੰਦੀ ਆ ਹੈਨਾ ਹੁਣ ਤਲਾਈ ਹੋ ਜੂਗੀ ਹੁਣ ਕਹਿ ਦਈਏ ਵੀ ਕੱਟ ਲੱਗਣਾ ਆ ਹੁਣ ਇਹ ਸਾਰੀ ਮੰਡੀ ਖੰਡੀ ਹੋ ਜਾਣੀ ਇਹ ਲੁੱਟ ਖੋਹ ਚੱਲ ਰਹੀ ਆ ਕਿਉਂ ਕਿਉਂ ਮਾਰਨ ਲਏ ਤੁਸੀਂ ਜ਼ਿਮੀਦਾਰ ਵਿਕਰਮ ਜੀ ਗੱਲਾਂ ਦਾ ਕੋਈ ਫਾਇਦਾ ਨਹੀਂ ਹੈਗਾ ਕੰਮ ਸ਼ੁਰੂ ਹੋਣ ਤੋਂ ਮੇਰੀ ਗੱਲ ਸੁਣੋ ਪਹਿਲੇ ਹਫ਼ਤੇ ਅਕਤੂਬਰ ਦੇ ਆਪਣਾ ਇੱਥੇ ਹੀ ਧਰਨਾ ਲੱਗਿਆ ਸੀਗਾ ਡਿਪਟੀ ਸਾਹਿਬ ਵੀ ਮਨਜੂ ਇੱਥੇ ਸੀਗੇ ਆਪਾਂ ਐਸਡੀਐਮ ਸਾਹਿਬ ਦੇ ਸਾਰੇ ਬੈਠੇ ਸੀਗੇ ਸਾਰੀਆਂ ਫਿਗਰਾਂ ਦੇ ਦਿੱਤੇ ਜੀ ਇੱਦਾਂ ਇੱਦਾਂ ਅਲਾਊਟਮੈਂਟ ਚੱਲਦੀ ਜੀ ਆਹ ਹੁੰਦਾ ਜੀ ਅੱਜ 25 ਦਿਨ ਹੋ ਗਏ ਉਹ ਤੋਂ ਬਾਅਦ ਵੀ ਉਹੀ ਹਾਲਾਤ ਤੇ ਆਪਾਂ ਖੜੇ ਆ ਦੇਖੋ ਅਲਾਟਮੈਂਟਾਂ ਵੀ ਤੁਹਾਡੇ ਨਵੇਂ ਸ਼ੈਲਰਾਂ ਦੀ ਉਦੋਂ ਵੀ ਚੱਲ ਸੀ ਚਾਰ ਸ਼ੈਲਰਾਂ ਨੇ ਤੁਸੀਂ ਕਿਹਾ ਸੀ ਇਹ ਪਹਿਲਾਂ ਭਰੀਆਂ ਠੀਕ ਆ ਜੀ ਚਾਰ ਚੋਂ ਹਜੇ ਦੋ ਤਾਂ ਇਦਾਂ ਹੀ ਖੜੇ ਨੇ ਸਾਰੇ ਤਿੰਨ ਖੜੇ ਨੇ ਮੇਰੇ ਹਿਸਾਬ ਨਾਲ ਇੱਕ ਬੰਦੇ ਦੇਖੋ ਜਿਹੜੀ ਕਲੀਅਰ ਗੱਲ ਆ ਇੱਕ ਸ਼ੈਲਰ ਵਾਲਾ ਤੁਹਾਡਾ ਮੰਨਿਆ ਉਹਦੇ ਨਾਲ ਗੱਲਬਾਤ ਚੱਲਦੀ ਹੈ ਕੋਈ ਵੀ ਆ ਤੁਹਾਡਾ ਹਜੇ ਤਿੰਨ ਤਿੰਨ ਦੀ ਕੋਈ 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 ਗੁੰਜਾਇਸ਼ ਨਹੀਂ ਜੀ ਜਿੰਦਾ ਲੱਗਿਆ ਵਾ ਹਜੇ ਗੱਲ ਹੋ ਰਹੀ ਹੈ ਹਜੇ ਪੰਜ ਗਿਣ ਵਾਲੇ ਇੰਸਪੈਕਟਰ ਨਾਲ ਵੀ ਗੱਲ ਹੋਈ ਹੈ ਵਿਕਰਮ ਜੀ ਗੱਲਾਂ ਸਾਰੀਆਂ ਹਾਂਜੀ ਦੱਸ ਦੋ ਹਾਂਜੀ ਉੱਥੇ ਆਪਣੇ ਗੋਇਲ ਰਾਈਸ ਮਿਲ ਤੇ ਮਾਲ ਲਿਫਟ ਹੋ ਰਿਹਾ ਹੈ ਫਤਿਹ ਵਾਲਿਆਂ ਦੇ ਹੋਰ ਸ਼ੈਲਰ ਹੋ ਰਿਹਾ ਇਹਨਾਂ ਦਾ ਇਹਦਾ ਫਤਿਹ ਵਾਲਿਆਂ ਦੀ ਤਿੰਨ ਸ਼ਹਿਰ ਦਾ ਪੰਜ ਗਿਣ ਦੀ ਲਿਫਟਿੰਗ ਹੋ ਰਹੀ ਹੈ ਪੰਜ ਸਭ ਦੀ ਲਿਫਟਿੰਗ ਸਟਾਰਟ ਹੋ ਗਈ ਹੈ ਅੱਜ ਸਟਾਰਟ ਹੋ ਗਈ ਹੈ ਅੱਜ ਹੀ ਅਲੋਟਮੈਂਟ ਹੋਈ ਹੈ ਦੋਨੋਂ ਸ਼ੈਲਰਾਂ ਸਾਹਿਬ ਨੂੰ ਵੀ ਪਤਾ ਅੱਜ ਟੇਬਲ ਟਾਕ ਹੋ ਚੁੱਕੀ ਆ ਆਹੀ ਗੱਲਾਂ ਤੋਂ ਧਾਰਨਾ ਚੱਕ ਕੇ ਫਿਰ ਪੈਂਡਿੰਗ ਠੀਕ ਨੀ ਗੱਲ ਇਹ ਗੱਲਾਂ ਦਾ ਕੋਈ ਫਾਇਦਾ ਨੀ ਯਾਰ ਦੇਖੋ ਅਸੀਂ ਤੁਹਾਨੂੰ ਨੀ ਕਹਿੰਦੇ ਹੈਗੇ ਤੁਹਾਡੀ ਜ਼ਿੰਮੇਵਾਰੀ ਨੀ ਹੈਗੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਤੁਸੀਂ ਐਜ ਦੇ ਇੰਸਪੈਕਟਰ ਜਿੰਨਾ ਜ਼ੋਰ ਲੱਗ ਰਿਹਾ ਤੁਸੀਂ ਲਾ ਰਹੇ ਅਸੀਂ ਉੱਠ ਜਾਂਦੇ ਆ ਜੀ ਤਲਾਈ ਸ਼ੁਰੂ ਕਰਾ ਦੋ ਉੱਥੇ ਘੱਟੋ ਘੱਟ ਬੇਲੇ ਮੰਡੀ ਦੀ ਜਿਹੜੇ 10-10, 12-12 ਦਿਨ ਤੋਂ ਆ ਜਿਹੜੇ ਪੁਰਾਣੇ ਅਸੀਂ ਨੀ ਕਹਿੰਦੇ ਵੀ ਜਿਹੜਾ ਕੱਲ ਆਇਆ ਆ ਜਿਹੜੇ 10-12 ਦਿਨ ਤੋਂ ਬੈਠੇ ਉਹਨਾਂ ਦੀ ਤਲਾਈ ਸ਼ੁਰੂ ਕਰਾ ਦੋ ਪੱਚੀ ਦਿਨ ਪੂਰੇ ਹੋ ਚੁੱਕੇ ਆ ਜੀ ਕਦੋਂ ਹੋਊਗੀ ਲਿਫਟਿੰਗ ਵਿਕਰਮ ਜੀ ਤੁਸੀਂ ਨਾ ਆਪਣੇ ਸਿਰ ਤੇ ਲਓ ਇਹ ਗੱਲ ਇਹ ਸਾਰੀਆਂ ਹਵਾ ਚ ਨੇ ਗੱਲਾਂ ਪਿਛਲੇ 25 ਦਿਨ ਤੋਂ ਹਵਾ ਚ ਚੱਲਦੀਆਂ ਪੰਜਾਬ ਸਰਕਾਰ ਇਹ ਹਵਾ ਚ ਕਰ ਰਹੀ ਹੈ ਗੱਲਾਂ ਸਾਰੇ ਖੜੇ ਆ ਮਜਬੂਰ ਤਾਂ ਆਪਾਂ ਹੋਏ ਹੋਏ ਨਾ ਸਾਰੇ ਕੋਈ ਉੱਪਰੋਂ ਕਰੂਗਾ ਫਾਈਲ ਉਹਨਾਂ ਦੀ ਕੋਈ ਆਰੋ ਆਊਗਾ ਤਾਂ ਹੀ ਹੋਏਗਾ ਨਾ ਗੱਲ ਚਲੋ ਇੱਦਾਂ ਕਰੋ ਜੀ ਇੱਕ ਮਿੰਟ ਜਿਹੜੇ ਹਫ਼ਤਾ ਪਹਿਲਾਂ ਵਾਲੇ ਉਹਨਾਂ ਦੀ ਤਲਾਈ ਸ਼ੁਰੂ ਕਰਾ ਦਿਓ ਸ਼ੁਰੂ ਮੈਂ ਪੁੱਛ ਲੈਣਾ ਮੈਂ ਤੋਂ ਕਿੰਨਾ ਹਾਂ ਇਹ ਕਰਾ ਦਿਓ ਅਸੀਂ ਤੁਹਾਡੇ ਵਿਸ਼ਵਾਸ ਤੇ ਕਰਦੇ ਹਾਂ ਜੀ
ਸ਼ੁਰੂ ਕਰ ਦੇਣ ਤਲਾਈ ਜਿਹੜੇ ਜਿਹੜੇ ਵੀ ਹੈਗੇ ਮੈਂ ਗੱਲ ਕਰਾ ਦੋ जिमीदार तला के चले गया कच्ची परची ता मिल रही है जिमीदार नु आड़ती वालों क्योंकि 10 दिन बाद आड़ती दी मंजी ठोक जानी जिमीदार क्यों आवे थोड़े को जब तलाई नहीं हो रही 10 दिन का जरा बैठा है मजबूर हो गया करम जी जेडे नु 12 दिन हो गए बैठे ने कहंदा मेरा वीर खैड़ा छड़ा दे अंदरों खाते काम चलदा है जी ओ की करूंगा ओदी रोज दी 3 4 किलो कटदी है वाउचर ता रह गया जी ਉੱਥੇ ਜਿਮੀਦਾਰ ਕਹਿ ਕੇ ਆਕ ਲਾਈ ਕਰਾਓ ਤੁਸੀਂ ਇੱਕ ਮਿੰਟ ਕਰ ਲਓ ਤਾਂ ਟੱਕਣਾ ਇਹ ਲੈ ਹਵਾ ਦੀ ਤੀਰ ਨਹੀਂ ਲਾਈ ਜੀ ਕਰਾ ਦੋ ਕਰਦੇ ਹੋਣਾ ਨਹੀਂ ਹੈਗਾ ਮੈਂ ਕਰਦਾ ਇਹ ਗੱਲ ਕਰੋ ਦੱਸ ਦੇ ਕਰੋ ਜੀ ਇਹਦਾ ਕੋਈ ਗੱਲ ਬੜੀ ਵੀ ਇਹ ਕਹਿੰਦੇ ਲਿਫਟਿੰਗ ਕਰਵਾ ਦੋ ਅਸੀਂ ਤਲਾਈ ਸ਼ੁਰੂ ਕਰਾਂਗੇ ਦੇਖੋ ਲਿਫਟਿੰਗ ਸਵੇਰ ਨੂੰ ਸ਼ੁਰੂ ਹੋ ਜਾਏਗੀ ਇਹ ਤਲਾਈ ਸ਼ੁਰੂ ਕਰਾ ਦੋ ਜੀ ਤਲਾਈ ਕਰਾਓ ਇੰਨਾ ਕਾਰ ਦਾ ਹੈਗਾ ਉੱਥੇ ਨਾ ਵੀ ਕੰਮ ਸ਼ੁਰੂ ਹੋ ਜਾਵੇ ਉੱਥੇ ਦੇ ਕਹਿੰਦੇ ਹੋ ਨਾ ਇਹ ਸਾਹਿਬ ਨਾ ਤਲਾਈ ਕਾਰਨ ਕਿਸਾਨ ਇਹਨਾਂ ਦੇ ਪੱਲੇ ਪੈ ਗਿਆ ਚਲੋ ਜੀ ਗੱਲ ਕਰੋ ਅੰਦਰੋਂ ਖਾਤੇ ਉਹ ਕੱਟ ਲਵਾ ਰਿਹਾ ਗੱਲ ਕਰੋ ਜੀ ਗੱਲ ਕਰੋ ਜੀ।